लंबी च एक अनोखी घटना सामने आई है जिथे तीन लुटेरे पुलिस मुलाजम की ही कार खो के फरार हो गए ने। दरअसल पंजाब पुलिस दे वल्लों फाजिलका मुक्तसर की हद उत्ते नाकेबंदी की गई सी, जिथे नाकेबंदी के दौरान ही एक कार नूं रोक के उसकी तलाशी लैनी चाही तां विच सवार कुछ लुटेरियां दे वल्लों पुलिस दे नाल ही हत्थों पाई शुरू कर दित्ती, जिस तों बाद लुटेरे बंदूक की नोक ते पुलिस की गड्डी लै के फरार हो गए। ਅਸੀਂ ਤਾਂ ਉੱਥੇ ਜੀ ਮੋਰਚਾ ਬਣਾਇਆ ਨਹੀਂ, ਉਹ ਜਿਹੜੇ ਮੋਰਚਾ ਬਾਰੇ ਅਸੀਂ ਤਾਂ ਉਹ ਚੈੱਕ ਕਰਨ ਗਏ ਸੀਗੇ ਜੀ। ਮੋਰਚਾ ਜੀ ਮੋਰਚੇ ਚੈੱਕ ਕਰੀ ਜਾਂਦੇ ਸੀ ਅਸੀਂ ਆਪਦਾ, ਉਹ ਲਾਟੀਆਂ ਜੀ ਬੋਰੀਆਂ ਕਹਿੰਦੇ ਸੀ ਮੋਰਚਾ ਵੇਖ ਕੇ ਉਹ ਵੀ ਸਹੀ ਬਣ ਗਿਆ। ਅਸੀਂ ਮੋਰਚਾ ਵੇਖਣ ਗਏ ਸੀਗੇ, ਇੱਧਰੋਂ ਇਹ ਗੱਡੀ ਆਈ ਸਾਢੇ ਪੰਜ ਪੌਣੇ ਛੇ ਦੇ ਟਾਈਮ 'ਚ, ਸਾਨੂੰ ਵੇਖ ਕੇ ਉਹਨਾਂ ਨੇ ਰੋਕ ਲਈ ਜੀ। ਰੋਕ ਕੇ ਫਿਰ ਤੁਰ ਲਈ, ਅਸੀਂ ਉਹਨਾਂ ਨੂੰ ਰੋਕ ਲਿਆ ਵੀ ਚੈੱਕ ਕਰਨਾ ਇਹਦੇ 'ਚ ਵੀ, ਅਸੀਂ ਚੈੱਕ ਕਰ ਲਿਆ। ਬਾਅਦ 'ਚ ਜਦੋਂ ਅਸੀਂ ਉਹਨਾਂ ਨਾਲ ਹੱਥੋਂ ਪਾਈ ਹੋ ਗਏ ਚੈੱਕ ਕਰਦੇ ਕਰਦੇ, ਉਹਨਾਂ ਕੋਲ ਅਸਲਾ ਸੀ, ਅਸਲੇ ਹੀ ਨੋਟ 'ਤੇ ਉਹ ਗੱਡੀ ਸੀ, ਉਹਨੇ ਹਾਫ ਦਿਸ਼ਾ ਦਿੱਤੇ ਅਤੇ ਉਹ ਗੱਡੀ ਲੈ ਗਈ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਸਥਾਨਕ ਲੋਕ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ। ਕੀ ਨਾਂ ਕੀ? ਲਖਵਿੰਦਰ ਸਿੰਘ। ਕੀ ਵਾਰਦਾਤ ਕੀ ਹੋਈ ਸੀਗੀ? ਇੱਥੇ ਪੁਲਿਸ ਨਾਲ ਇੱਥੇ ਨਾਕਾ ਲਾਇਆ ਸੀਗਾ ਤੇ ਪੁਲਿਸ ਨਾਲ ਉਹਨਾਂ ਨੇ ਬੰਦਿਆਂ ਨੇ ਧੱਕਾ ਕਰਕੇ ਨਾਲ ਤਾਂ ਪੁਲਿਸ ਨੂੰ ਡਾਂਗਾ ਸੁੱਟ ਕੇ ਮਾਰ ਗਏ ਆ, ਨਾਲੇ ਪੁਲਿਸ ਦੀ ਗੱਡੀ ਲੈ ਗਏ ਆ। ਕਿੰਨੇ ਕੁ ਵਜੇ ਦੀ ਘਟਨਾ ਸੀ ਇਹ? ਲਗਭਗ ਸ਼ਾਮ ਦੀ, ਮਤਲਬ 7:30 ਦੇ ਅੰਦਰ ਸੀਗਾ। ਕਿੰਨੇ ਕੁ ਬੰਦੇ ਸੀਗੇ ਕੋਈ? ਚਾਰ ਬੰਦੇ ਦੱਸਦੇ ਆ ਜੀ। ਅੱਛਾ, ਤੁਹਾਡਾ ਕਿਹੜਾ ਪਿੰਡ ਬੰਦਾ? ਹਾਂ ਜੀ, ਆਹੀ ਪਿੰਡ ਆਪਣਾ ਖੇਮਾ ਕਰਾ ਜੀ। ਹਾਂਜੀ, ਮਾੜੀ ਆ ਘਟਨਾ ਦਾ ਜਿਹੜਾ? ਬੜੀ, ਇਸ ਤੋਂ ਮਾੜੀ ਕੋਈ ਹੋ ਹੀ ਨਹੀਂ ਸਕਦੀ, ਇਹ ਤੋਂ ਮਾੜੀ ਘਟਨਾ ਕੋਈ ਵੀ ਨਹੀਂ ਗੀ। ਕੀ ਲੱਗਦਾ ਹੈਗਾ ਵੀ ਜੇ ਪੁਲਿਸ ਨਾਲ ਇਸ ਤਰ੍ਹਾਂ ਦੀ ਵਾਰਦਾਤਾਂ ਹੋਣ ਲੱਗੀਆਂ, ਆਪਾਂ ਕੀ ਕਰਾਂਗੇ? ਆਪਾਂ ਤਾਂ ਮਰ ਗਏ। ਆਮ ਬੰਦਾ ਤਾਂ ਲੁਕਦਾ ਹੀ ਫਿਰੂਗਾ, ਫਿਰ ਲੁਕਦਾ ਕੀ ਫਿਰੂਗਾ, ਲੁਕਿਆ ਛੱਡ ਦੇਣਗੇ ਫਿਰ ਕੋਈ? ਆਪਾਂ ਆਪਾਂ ਵੀ ਡਾਂਗ ਕੈਂਪ ਕਰਦੇ ਹਾਂ, ਇਹ ਗੱਲ ਥੋੜੀ ਹੈਗੀ ਹੈ। ਆਪਦਾ ਹਥਿਆਰ ਲਾਵਾਂ ਕਰਾਂਗੇ, ਨਾਲ ਆਵਾਂ ਕਰਾਂਗੇ, ਮੇਰੇ ਕੋਲ ਆਪਾਂ ਥੋੜਾ ਹੈਗਾ, ਹੈਂ ਖਾਲੀ ਇੱਥੇ ਨਹੀਂ ਆਉਂਦੇ ਜੇ ਅਸੀਂ ਹੁਣ। ਲੰਬੀ ਤੋਂ ਮਨਪ੍ਰੀਤ ਸਿੰਘ, ਦੈਨਿਕ ਸਵੇਰਾ ਟੀਵੀ।